कॉटन स्टफ से डिजाइनिंग किदा दी लगती है तो उससे किदा दी लगती है मतलब सारा कुछ अभी तुहाडे सामने जो भी मैं कहनी हाँ भी हाँ वधिया कपड़ा या कुछ वीडियो शुरू करन तो पहला जो जो मेरे चैनल ते न्यू ने प्लीज मेरे चैनल सबसक्राइब कर दो जो वीडियो वधिया लगी तो लाइक शेयर कमेंट जरूर कर दो बैल आइकन क्लिक कर दो जो मेरी हर एक वीडियो की नोटिफिकेशन तुहाडे कोल पहुंचदी चलो आपां वीडियो स्टार्ट करदे ये अपना फर्स्ट सूट है ਇਹ ਜਿੱਦਾਂ ਹੁੰਦੇ ਨਹੀਂ ਆਪਣੇ ਦੁਪੱਟਾ ਸੂਟਸ ਹੁੰਦੇ ਨੇ ਉਦਾਂ ਦਾ ਸੂਟ ਸੀਗਾ ਇਹ 올ਓਵਰ ਸੀਗਾ ਇਹਦੇ ਨਾਲ ਜਿੱਦਾਂ ਦੇ ਮਤਲਬ ਵਰਕ ਵਾਲੇ ਦੁਪੱਟੇ ਹੁੰਦੇ ਨੇ ਉਹ ਸੀ ਇਹਦਾ ਸਟੱਫ ਹੈਗਾ ਆ ਜੈਮ ਸਿਲਕ ਜੈਮ ਕਾਟਨ ਸੌਰੀ ਤੇ ਇਹਦੇ ਵਿੱਚ ਆ ਦੇਖੋ ਇਦਾਂ ਇਦਾਂ ਦੀ ਨਾ ਹਲਕੀ ਹਲਕੀ ਜੀ ਬ੍ਰੀਕ ਇੰਬੋਡਰੀ ਹੋਈ ਹੋਈ ਆ ਤੇ ਫਰਸਟ ਥਾਟ ਇਹੀ ਆਇਆ ਸੀ ਸੂਟ ਨੂੰ ਦੇਖ ਕੇ ਵੀ ਇਹਦਾ ਟਰੌਜ਼ਰ ਸੂਟ ਬਣਾਉਣੀ ਆ ਕਿਉਂਕਿ ਇਸ ਤੇ ਜ਼ਿਆਦਾ ਕੁਛ ਤਾਂ ਇਹ ਤੇ ਹੋਣਾ ਨਹੀਂ ਇਹਨਾਂ ਵਰਕ ਹੋਇਆ ਹੋਇਆ ਮਤਲਬ ਇਸ ਤੇ ਇਨਾ ਕੁਝ ਹੋਣਾ ਨਹੀਂ ਸੀ ਬਸ ਜਸਟ ਮੈਂ ਕੀ ਕੀਤਾ ਤੁਹਾਨੂੰ ਪਤਾ ਹੀ ਮੈਨੂੰ ਜ਼ਿਆਦਾ ਨੈਕ ਜਾਂ ਪਸੰਦ ਹੈ ਨੈਕ ਤੇ 슬ੀਵਜ਼ ਵਗੈਰਾ ਜ਼ਿਆਦਾ ਪਸੰਦ ਨੇ ਮੈਂ ਜਸਟ ਇਹਦਾ ਇਦਾਂ ਦਾ ਸਟਾਈਲ ਬਣਾਇਆ ਸੀ ਇਹਦੀ ਰੀਲਸ ਵੀ ਮੈਂ ਅਪਲੋਡ ਕੀਤੀ ਹੋਈ ਹੈ ਇੰਸਟਾਗ੍ਰam ਤੇ ਲਿੰਕ ਦਿੱਤਾ ਹੋਇਆ ਜਾ ਕੇ ਚੈੱਕ ਆਊਟ ਕਰਿਓ ਤੁਹਾਨੂੰ ਪਤਾ ਲੱਗ ਜੂਗਾ ਬਹੁਤ ਪਸੰਦ ਕੀਤਾ ਸੀ ਵਾਇਰਲ ਹੋਈ ਹੋਈ ਹੈ ਵੀ ਰੀਲ ਤੇ ਇਦਾਂ ਦਾ ਇਦਾਂ ਫੋਲਡ ਹੋ ਕੇ ਇਦਾਂ ਰਾਉਂਡ ਹੋ ਕੇ ਨਾ ਇਦਾਂ ਨੈਕ ਆਉਂਦਾ ਹੈ ਇਹ ਤੇ ਇਹਦੇ ਵਿੱਚ 슬ੀਵਜ਼ ਇਦਾਂ ਦਿੱਤੀ ਸੀਗੇ वेल स्लीवी कह सकते बट एनु शॉर्ट तो अपने डबल जो आप ब्लैक अपना फैब्रिक जो दिखेगा बहुत प्यारी लग रही थ्रेड का शॉर्ट त मतलब इदा एट है बैक तो अपना लोंग है इदा दयान साइड से कुछ डिटेलिंग नहीं दिख मैंने थोड़ा मैं फास्ट दिखाऊंगे क्योंकि सूट थोड़े जे है मेन इदा मैं चल तह दिखा दवा सारे क्योंकि वीडियो फिर बहुत लंबी हो जाती है मैंने जस्ट इक दे हल्का ज राउंड देके अटैच की तय किया कट वर्क किया मतलब मेन एद जिना करा ना ज्यादा ओवर लगी ना एदा लगी भी सिंपल है क्योंकि सब तो ज्यादा सी दसा मैं सिंपल सूट भी पाली आ

ਉਹ ਹੁਣ ਵੀ ਆਪਾਂ ਪ੍ਰੈਸ ਵਗੈਰਾ ਕਰਦੇ ਉਹਦਾ ਲੱਗਦਾ ਵੀ ਜਿੱਦਾਂ ਹੁਣ ਵੀ ਨਵਾਂ ਹੀ ਆ ਬਸ ਮੈਨੂੰ ਥੋੜਾ ਸਟਫ ਕਾਟਨ ਦਾ ਤਾਂ ਨਹੀਂ ਪਸੰਦ ਹੈਗਾ ਅਦਰਵਾਈਜ਼ ਕੰਫਰਟੇਬਲ ਤਾਂ ਤੁਹਾਨੂੰ ਵੀ ਪਤਾ ਹੀ ਹੈ ਵੀ ਹਾਂ ਕਾਟਨ ਹੀ ਹੁੰਦਾ ਹੈ ਬਟ ਜਿੱਦਾਂ ਦਾ ਆਪਾਂ ਕੁਝ ਆਪਣਾ ਸ਼ਰੀਰ ਬਣਾਣੇ ਉਦਾਂ ਦਾ ਹੀ ਬਣ ਜਾਂਦਾ ਨੈਕਸਟ ਸੂਟ ਆਪਾਂ ਦਿਖਾਣੇ ਆ ਇਹ ਵੀ ਟਰੌਜ਼ਰ ਸੂਟ ਹੀ ਹੈ ਇਹ ਵੀ ਹੈ ਕਾਟਨ ਚ ਹੀ ਹੈ ਇਹਨੂੰ ਸ਼ਾਇਦ ਮੈਨੇ 2 ਵਾਰ ਵੇਅਰ ਕੀਤਾ ਹੋਵੇਗਾ ਉਹ ਗ੍ਰੇਸ ਜਾਂਦੇ ਨਹੀਂ ਫਿਰ ਜਦੋਂ ਗ੍ਰੇਸ ਨਹੀਂ ਨਾ ਲੈਂਦੀ ਮੈਂ ਕਪੜਾ ਪਾਣਾ ਮੈਨੂੰ ਥੋੜਾ ਜਿਹਾ ਇਦਾਂ ਹੁੰਦਾ ਆ ਵੀ ਕੀ ਕਰਾਂ ਇਹਦਾ ਵੀ ਮੈਂ ਜਸਟ ਕੁਛ ਨਹੀਂ ਆ ਪਲੇਨ ਫੈਬਰਿਕ ਵੀ ਇਹ ਕਾਟਨ ਹੈ ਹਲਕੇ ਹਲਕੇ ਜੀ ਇਸ ਤੇ ਦਾ ਸੈਲਫ ਪ੍ਰਿੰਟ ਹੋਇਆ ਹੋਇਆ ਲਾਈਨਿੰਗ ਦਾ ਤੇ ਮੈਂ ਇਹਦੇ ਨਾਲ ਇਦਾਂ ਦਾ ਕਲਰ ਕੰਟਰਾਸਟ ਕੀਤਾ ਸੀਗਾ ਬਸ ਜਸਟ ਕੁਛ ਨਹੀਂ ਕੀਤਾ neck ਤੇ ਇਦਾਂ ਦਾ ਡਿਜ਼ਾਈਨ ਬਣਾਇਆ ਹੋਇਆ ਫਰੰਟ ਮੈਂ ਨੇ ਸ਼ਾਰਟ ਹੀ ਬਣਾਇਆ ਹੋਇਆ ਸਾਈਡ ਤੇ ਇਦਾਂ ਹਲਕਾ ਜਿਹਾ ਕਰਵ ਦੇ ਕੇ ਨੇ ਇਹਨੂੰ ਪਾਈਪਿੰਗ ਕੱਢ ਕੇ ਦੇ ਸਾਈਡ ਤੇ ਚਾਕ ਤੇ ਆਪਾਂ ਨੇ ਇਦਾਂ ਬਟਨਸ ਵਗੈਰਾ ਦੀ ਡਿਟੇਲਿੰਗ ਕੀਤੀ ਹੋਈ ਆ ਇੱਧਰ ਵੀ ਮੈਨੇ ਸੇਮ ਜਿੱਦਾਂ ਆਪਾਂ ਪਾਈਪਿੰਗ ਵਗੈਰਾ ਯੂਜ਼ ਕਰਦੇ ਆ 슬ੀਵਜ਼ ਦੀ ਪੋਣੀ ਨੇ ਤੇ ਬੈਕ ਤੇ ਹੈਗਾ ਇਹਦੇ ਇਹਦੇ ਵੀ ਇਦਾਂ ਰਾਉਂਡ ਕਰਕੇ ਜਸਟ ਕੱਟਵਰਕ ਕੀਤਾ ਹੋਇਆ ਆ ਬਾਕੀ ਸੇਮ ਹੈ ਲੈਂਥ ਪਲਾਜ਼ੋ ਨਾਲ ਟਰੌਜ਼ਰ ਨਾਲ ਤਾਂ ਪਹਿਲਾਂ ਮੈਂ ਸ਼ਾਰਟ ਪਾਉਂਦੀ ਹੁੰਦੀ ਸੀ शर्ट दट हूं मेन थोड़े लोंग पसंद ने भी लोंग ही पानी है। ते ट्राउजर जिदा दिखाया बेल्ट बैक तलास्टिक मैं दूंगी एंकल ट्राउजर है मेनू जे मैं ट्राउजर पाने मेनू एंकल ही पसंद आई पसंद लोंग ती ए भी कॉटन है मैं दो बार वेर किया

ਪਰ ਜੇ ਆਪਾਂ ਪ੍ਰਿੰਟ ਪਲੇਨ ਤੇ ਪ੍ਰਿੰਟਡ ਦਾ ਡਿਜ਼ਾਈਨਿੰਗ ਕਰਦੇ ਆ ਨਾ ਬਹੁਤ ਵਧੀਆ ਲੱਗਦਾ ਹੈ ਇਸੇ ਲਈ ਥੋੜਾ ਜਿਹਾ ਮੈਂਨੇ ਪਲੇਨ ਇਹਦਾ ਹੀ ਰੱਖਣਾ ਸ਼ੁਰੂ ਸੋਚਿਆ ਸੀ ਵੀ ਚਲੋ ਮੈਂ ਰੱਖਦੀ ਆ ਇਹਦੇ ਮੈਂਨੇ ਬਣਾਇਆ ਹੋਇਆ ਫਰੌਕ ਫਰੌਕ ਸਲਵਾਰ ਜਿਹੜਾ ਚੱਲਦਾ ਆ ਬਸ ਇਸੀ ਚੀਜ਼ ਵਿੱਚ ਹੈ ਨਾ ਮੈਨੂੰ ਕਾਟਨ ਪਸੰਦ ਨਹੀਂ ਹੈਗਾ ਇੰਨੀ ਮਿਹਨਤ ਕਰਦਿਆਂ ਨੇ ਇਹਦੇ ਤੇ ਬਟ ਫਿਰ ਵੀ ਇੱਕ ਦੋ ਵਾਰ ਵੇਅਰ ਕਰਕੇ ਦੁਬਾਰਾ ਆਪਾਂ ਇਹਨੂੰ ਹਨਾ ਇਦਾਂ ਹੋ ਜਾਂਦਾ ਵੀ ਪਤਾ ਨਹੀਂ ਕਿੰਨਾ ਕੁ ਪੁਰਾਣਾ ਆ ਕਾਟਨ ਸਟੱਫ ਪਸੰਦ ਆ

फ्रंट ਦੇ ਦਾ ਜਿਹੜਾ ਬਾਟਮ ਦਾ ਕੱਪੜਾ ਆ ਸੇਮ ਉਸੇ ਕੱਪੜੇ ਦਾ ਆਪਾਂ ਇਦਾਂ ਡਿਟੇਲਿੰਗ ਕੀਤੀ ਹੋਈ ਹੈ ਇਹਦੇ ਤੇ ਮਤਲਬ ਪੈਚਵਰਕ ਕੀਤਾ ਹੋਇਆ ਟਸਲਸ ਲਗਾਏ ਹੋਏ ਨੇ ਇਹਦੇ ਵਿੱਚ ਡੋਰ ਦੇ ਕੇ 슬ੀਵਸ ਤੇ ਮੈਨੇ ਬਹੁਤ ਮਿਹਨਤ ਕੀਤੀ ਯਾਰ ਇਦਾਂ ਹੋਵੇ ਵੀ ਕਾਟਨ ਤੇ ਇਨੀ ਮਿਹਨਤ ਨਹੀਂ ਕਰਨੀ ਚਾਹੀਦੀ ਸੀ ਮੈਨੂੰ ਇਦਾਂ ਦੇਖੋ ਸੈਂਟਰ 'ਚ ਇਹਦੇ ਬਿਲਕੁਲ ਪ੍ਰਿੰਟ ਐਕਸ ਪਾ ਕੇ ਤੇ ਨੀਚੇ ਇਦਾਂ ਦਾ ਕੱਟਵਰਕ ਦਿੱਤਾ ਹੈ ਡੋਰੀ ਅਟੈਚ ਕੀਤੇ ਨੇ ਪਹਿਲਾਂ ਮੈਨੇ ਇਹਦੇ ਤੇ ਲਟਕਣ ਲਗਾਏ ਹੋਏ ਸੀਗੇ ਇਦਾਂ ਮਤਲਬ

ਬਟ ਜਦੋਂ ਆਪਾਂ ਇੰਨਾ ਟਾਈਮ ਲਗਾਉਂਨੇ ਆ ਉਹਦੇ ਤੇ ਹਨਾ ਜਦੋਂ ਇੱਕ ਦੋ ਵਾਰ ਪਾ ਕੇ ਉਹਨਾਂ ਦੀ ਗ੍ਰੇਸ ਖਤਮ ਹੋ ਜਾਂਦੀ ਹੈ ਫਿਰ ਥੋੜਾ ਮਨ ਖਰਾਬ ਹੁੰਦਾ ਹੈ ਫਿਰ ਹੁੰਦਾ ਵੀ ਨਹੀਂ ਹੁਣ ਕਾਟਨ ਤੇ ਨਹੀਂ ਡਿਜ਼ਾਈਨਿੰਗ ਕਰਨੀ ਇਹਦੇ ਵੀ ਤਾਂ ਹੀ ਅਮਰੇਲਾ ਫਰੌਗ ਨਹੀਂ ਹੋਈ ਆ ਬਟ ਮੈਂ ਹੁਣ ਮੈਨੂੰ ਹੁਣ ਪਤਾ ਲੱਗਿਆ ਵੀ ਇਹ ਤਾਂ ਹਜੇ ਮੇਰਾ ਹਨਾ ਸੋਨਾ ਪਿਆ ਆ ਸੂਟ ਸ਼ਾਇਦ ਇਹਨੂੰ ਮੈਂ ਦੁਬਾਰਾ ਜ਼ਰੂਰ ਪਾਉਂਗੀ ਕਿਹਾ ਜੇ ਇਹਦੀ ਗ੍ਰੇਸ ਪਈ ਹੈ ਇਹਦੀ ਬਾਟਮ ਦਿਖਾਣੇ ਤੁਹਾਨੂੰ

एक नहीं है एक मिक्स है, बट कपड़ा बहुत ही लगेगा हूँ छिलके लेके आई मैं हल्का जै प्रेस करो धा ग्रेस होंगी कुछ नहीं देखो जिदा फ्रिल है उदा हीटन होंगी एराब हो जा मेनु पसंद है

डिजाइनिंग भी दिखाई जाने भी मैं किस अकोडिंग कर दिया मेनू इसका पता सी। भी भी जोर जाट है सॉफ्ट जोर जाट है।, कर -कर है चार बार बट लग रहा है बिल्कुल नहीं लगता ये सिंपल रखा एदलीवलैस रखा क्योंकि गर्मिया मैं हलो अपा एक अद्दा हैस भी बना लस्ट इदा फ्रंट ए नैक डिजाइनिंग की

देखो ये बिल्कुल सिंपल शर्ट आता होता है मैं जस्ट एक नेक ते दीता है, एक है और ते ते कुछ नहीं किया सलवार मैं धोती सलवार बनाई सी एंट है तो सलवार बनाई से खुजे जली होंगी जिदी मूरी नहीं होंगी ही बेल्ट

ए डिजाइनिंग पसंद है कई बार इदा होंगे भी मैं किसी होट तुम्हू डिजाइन बनावा शायद तो शो नहीं हो चं तरह अज शो करवाऊंगी एनू ब्लैक कलर का सूट है ब्लैक कलर मेरा फेवरेट है बहुत यूनीक बनाया मैं सूट एदा नैक भी एदा बनाया देखो इधर बिल्कुल छोटा कॉलर है जरा अपना सेंटर पर थोड़ा वाला चल जाता मैं जरूर बनाऊंगी यह दुबारा बनाऊगी बटन के थले भी न, देखो में दा पाइप्स लटकाए हुए ने बहुत प्यारी डिजाइनिंग लगती है मेनु परसनली पसंद है ये चीज ये बिल्कुल कट ना अपना ऐसी मोडे तो खत्म हो गया नहीं बिलकुल अपना उक तक जा रहे देखो नैक तक जा रहे पूरा उप ਹੁਣ ਤੁਸੀਂ ਇਹ ਦੇਖੋ ਇਹ ਵੀ ਸਾਰੇ ਬਟਨਸ ਵਗੈਰਾ ਲਿਪਸ ਬਣਾਏ ਹੋਏ ਨੇ ਬਹੁਤ ਮਿਹਨਤ ਲੱਗੀ ਹੈ ਇਹਨੂੰ ਇੱਕ ਸੂਟ ਨੂੰ ਜੱਜ ਕਰ ਲੈਣੇ ਮਿੰਟਾ ਚ ਵਧੀਆ ਆ ਨਹੀਂ ਵਧੀਆ ਆ ਬਟ ਉਹਨੂੰ ਟਾਈਮ ਬਹੁਤ ਲੱਗਦਾ ਹੈ ਰੈਡੀ ਕਰਨ ਨੂੰ ਇੰਨਾ ਟਾਈਮ ਨਾ ਸੂਟ ਬਣਾਉਣ ਚ ਨਹੀਂ ਲੱਗਦਾ ਜਿੰਨਾ ਆਪਾਂ ਨੂੰ ਡਿਜ਼ਾਈਨਿੰਗ ਸੋਚਣ ਚ ਲੱਗ ਜਾਂਦਾ ਵੀ ਇਹਦਾ ਆਪਾਂ ਕਰੀਏ ਕੀ ਹੈਨਾ ਇੱਕ ਸਲੀਵਸ ਤੇ ਮੈਂ ਤੁਹਾਨੂੰ ਦਿਖਾਤੀ ਵੀ ਮੈਂ ਡਿਜ਼ਾਈਨ ਵਾਲੀ ਕੀਤੀ ਆ ਬਟ ਇਸ ਦੀ ਜਿਹੜੀ ਦੂਜੀ ਸਲੀਵਸ ਉਹ ਮੈਂ ਬਿਲਕੁਲ ਸਿੰਪਲ ਰੱਖੀ ਆ ਜਸਟ ਹਲਕੀ ਜਿ ਇਸ ਤੇ ਜਿਹੜਾ ਕਲਰ ਮੈਂ ਲਾਈਟ

बैकते जिपा क्योंकि हाई नैक अपने बैकते जरूर होगी मूरी आनाई है हल्की जी मूरी मैं थोड़ा डिफरेंट रख देखो एक अपनी चौड़ी मूरी होंगी बिलकुल हल्की जी बना के ना बिलकुल अपने बिलकुल अपने फिट दिफ एक बॉटम अटैच किया बिलकुल फिटिंग आज प्रोपर फिटिंग आ जाए उदा ही इलास्टिक ए दुपट्टा थोड़ा जा यूनिक ਡਿਜ਼ਾਈਨਰ ਦੁਪੱਟਾ ਆ ਇਹਦਾ ਆ ਦੇਖੋ ਬਿਲਕੁਲ ਚਾਰਸ ਪੀਸ ਕੱਟ ਕੇ ਫਰੰਟ ਨੈੱਕ ਦਾ ਇਦਾਂ ਰਾਉਂਡ ਬਣਾਇਆ ਹੋਇਆ ਮੈਂ ਤੁਹਾਨੂੰ ਇਹਨੂੰ ਵੇਅਰ ਕਰਕੇ ਦਿਖਾਨੀ ਆ ਇਹ ਦੋ ਸਟਾਈਲ ਨਾਲ ਵੇਅਰ ਹੋ ਜਾਂਦਾ ਆ ਇੱਕ ਆਪਣਾ ਇਹ ਸਟਾਈਲ ਆ ਮੈਂ ਤੁਹਾਨੂੰ ਵੀਡੀਓਜ਼ ਦੀ ਸਾਈਡ ਤੇ ਕਰ ਦਾਂਗੀ ਤੁਹਾਨੂੰ ਪਤਾ ਲੱਗ ਜਾਊਗਾ ਇੱਕ ਇਹਦਾ A ਸਟਾਈਲ ਇੱਕ ਇਸ ਚੀਜ਼ ਦਾ A ਸਟਾਈਲ ਆ ਜਦੋਂ ਆਪਾਂ ਪਲੇਨ ਸੂਟ ਤੇ ਕੁਛ ਦੁਪੱਟਾ ਯੂਨਿਕ ਜਿਹਾ ਲਾ ਲੈਣਾ ਸਟਾਈਲਿਸ਼ ਲਾ ਲੈਣਾ ਉਹ ਸੂਟ ਨੂੰ ਚਾਰ ਚੰਨ ਲਾ ਜਾਂਦੇ ਨੇ ਪਾਰਟੀ ਵੇਅਰ ਬਣ ਜਾਂਦਾ ਆ ਬਸ ਅੱਜ ਦੀ ਵੀਡੀਓ ਆਪਣੀ ਕਾਟਨ ਸਟਫਸ ਤੇ ਸਿੰਥੈਟਿਕ ਸਟੱਫ ਦੇ ਬਾਰੇ ਸੀਗੀ ਜੋ ਵੀ ਹੈ ਨਾ ਡਿਟੇਲਿੰਗ ਚ ਮੈਂ ਤੁਹਾਨੂੰ ਦੱਸਿਆ ਤੇ ਤੁਹਾਡੇ ਹੋਰ ਵੀ ਕੁਐਸਚਨ ਹੋਣੇ ਕੋਈ ਵੀ ਆ ਤੁਸੀਂ ਮੈਨੂੰ ਕਮੈਂਟ ਬਾਕਸਿੰਗ ਸੈਕਸ਼ਨ ਚ ਕਮੈਂਟ ਕਰ ਸਕਦੇ ਹੋ ਤੇ ਪਲੀਜ਼ ਜੇ ਮੇਰੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਬੈਲ ਆਈਕਨ ਨੂੰ ਕਲਿੱਕ ਕਰ ਦਿਓ ਜੋ ਮੇਰੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚੇ ਥੈਂਕ ਯੂ